ਹਾਂਜੀ ਵੀਰ ਜੀ, ਹੁਣ ਇਹ ਦੇਖੋ ਆਪਾਂ ਕੀ ਕਰਦੇ ਹਾਂ। ਪਹਿਲੇ ਤਾਂ ਆਪਾਂ ਜਿਵੇਂ ਈੜੀ ਲਗਾਈ, ਉਹਦੇ ਬਾਅਦ ਆਪਾਂ ਮਾਤਰਾ ਲਗਾਉਣ ਦੀ ਕੋਸ਼ਿਸ਼ ਕਰਦੇ ਹਾਂ ਨਾ, ਇਸ ਤਰੀਕੇ ਦੇ ਨਾਲ। ਇੱਦਾਂ ਮਾਤਰਾ ਨਹੀਂ ਲੱਗੇਗੀ, ਜਿਹੜੇ ਇਹਨੂੰ ਨੋਰਮਲ ਅਸੀਂ ਕਿਤੇ ਲਿਖਾਂਗੇ ਤਾਂ ਵਿੱਚ ਗੋਲਾ ਬਣ ਜਾਏਗਾ। ਇਸ ਕੀਬੋਰਡ ਵਿੱਚ ਪਹਿਲੇ ਮਾਤਰਾ ਆਏਗੀ, ਫਿਰ ਈੜੀ ਆਏਗੀ, ਅਤੇ ਇਸ ਤਰੀਕੇ ਨਾਲ ਲਿਖਿਆ ਆਏਗਾ। ਠੀਕ ਹੈ ਜੀ। ਅਤੇ ਦੂਸਰਾ ਤੁਸੀਂ ਕਿਹਾ ਸੀਗਾ ਐੜੇ ਦੇ ਬਾਅਦ ਜਦ ਕੰਨਾਂ ਲਗਾ ਰਹੇ ਹਾਂ, ਅਤੇ ਇਹਦੇ ਵਿੱਚ ਦਿੱਕਤ ਨਹੀਂ ਆਉਂਦੀ। ਕਈ ਵਾਰ ਉਹ ਦੇਖਣਾ ਪਏਗਾ ਕਿ ਆਪ ਜੀ ਲਿਖ ਕਿੱਥੇ ਰਹੇ ਹੋ, ਉਹ ਵੀ ਮੈਟਰ ਕਰੇ। ਕਈ ਵਾਰ ਕਿਉਂਕਿ ਜਿੱਥੇ ਲਿਖ ਰਹੇ ਹੁੰਦੇ ਉਹ ਚੀਜ਼ ਸਪੋਰਟ ਨਹੀਂ ਕਰਦੀ ਪੰਜਾਬੀ ਨੂੰ, ਅਤੇ ਉੱਥੇ ਵੀ ਦਿੱਕਤ ਆ ਸਕਦੀ ਹੈ ਅਜਿਹੀ। ਅਤੇ ਇਸ ਤਰੀਕੇ ਨਾਲ ਆਪ ਜੀ ਇਹ ਦੋਨੋਂ ਪ੍ਰੋਬਲਮ ਜੋ ਤੋਂ ਅਸੀਂ ਦੱਸੀਆਂ ਸੀਗੀਆਂ, ਉਹ ਇਹਦਾ ਸਮਾਧਾਨ ਇਹੀ ਹੈ। ਮਾਤਰਾ ਮੇਰੇ ਖਿਆਲ ਨਾਲ ਪਾਉਣ ਦੀ ਹੀ ਤੁਹਾਡੀ ਸ਼ਾਇਦ ਦਿੱਕਤ ਹੈਗੀ ਸੀ, ਉਹ ਦੋ ਤੁਸੀਂ ਕਿਹਾ ਸੀ ਸਮੱਸਿਆ ਹੈ ਨਾ, ਸਮੱਸਿਆ। ਉਹਦੇ ਬਾਅਦ ਸਾਡੇ ਕੋਲ ਅਧਿਕ ਚਾਹੀਦੀ ਹੈ। ਠੀਕ ਹੈ ਵੀ ਜੀ, ਦੇਖੋ ਸਮੱਸਿਆ ਵੀ ਲਿਖਿਆ ਗਿਆ ਇਸ ਤਰੀਕੇ ਦੇ ਨਾਲ, ਅਤੇ ਤੁਸੀਂ ਵੀ ਇਸ ਤਰੀਕੇ ਨਾਲ